ਸਤਿ ਸ੍ਰੀ ਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਰਿਆਂ ਦਾ Facebook ਪੇਜ ਖੇਤੀ ਬਾੜੀ ਦੇ ਸੰਧਾਂ ਦੇ ਕਾਰੋਬਾਰ ਜੇ ਤੁਸੀਂ ਵੇਖ ਰਹੇ ਹੋ ਟਰੈਕਟਰ ਮੇਲਾ ਚੈਨਲ ਅੱਜ ਅਸੀਂ ਲੈ ਕੇ ਆਏ ਹਾਂ ਜੀ Swift Dzire VDI ਗੱਡੀ ਵਿਕਾਊ 2012 ਮਾ 95% ਤਾਂ ਨਹੀਂ ਕੰਡੀਸ਼ਨ ਰੇਟ 245000 ਏਰੀਆ ਪੱਤ ਦਾ ਰੋਡ ਨਥਾਣਾ 94655290062 ਸਵੈਨ ਦਾ ਰੋਟਾਵੇਟਰ ਵਿਕਾਊਆ 2016 ਮਾਡਲ ਹੈ ਜੀ ਮਲਟੀ ਗੇਅਰ 55000 ਰੇਟ ਰੱਖਿਆ ਹੈ ਏਰੀਆ ਮੁਕੇਰੀਆਂ ਹੁਸ਼ਿਆਰਪੁਰ ਮਾਲਕ ਵੀਲ ਦਾ ਨੰਬਰ ਨੋਟ ਕਰ ਲਓ 9914546263 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ Swift ਗੱਡੀ ਵਿਕਾਊ ਆ 2013 ਮਾਡਲ ਗੱਡੀ ਆ UP ਨੰਬਰ ਡੀਜ਼ਲ ਦੀ ਗੱਡੀ ਆ 75% ਹੈ ਰੋਕੀ ਕੰਡੀਸ਼ਨ ਫੁੱਲ ਗਰੰਟੀ ਕਾਗਜ਼ ਵਗੈਰਾ ਪੂਰੇ ਨੇ 70872 23547 ਨੰਬਰ ਤੇ ਫੋਨ ਕਰਕੇ Swift ਗੱਡੀ ਤੁਸੀਂ ਖਰੀਦ ਸਕਦੇ ਹੋ 18 ਕਨਾਲਾ 3 ਮਰਲੇ ਜ਼ਮੀਨ ਵਿਕਾਊ ਹੈ ਜਿੱਪਿੰਡ ਮਹਿਮਾ ਭੰਡੋਰੀ ਅੰਮ੍ਰਿਤਸਰ ਰੇਟ ਹੈ ਜੀ 30 ਲੱਖ ਰੁਪਏ ਕਿੱਲੇ ਦਾ 985577784 ਇਸ ਨੰਬਰ ਤੇ ਫੋਨ ਕਰਕੇ ਤੁਸੀਂ 18 ਕਨਾਲਾਂ 3 ਮਰਲੇ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਅਗੀ ਗੱਲ ਕਰਦੇ ਆ ਪੰਜ ਮੁਰਗੇ ਪੰਜ ਮੁਰਗੀਆਂ ਵਿਕਾਉ ਨੇ ਏਰੀਆ ਜੀ ਪਿੰਡ ਲਖੂਆਣਾ ਡੱਬ ਵਾਲੀ ਰੇਟ ਹੈ 1000 ਜੋੜੇ ਦਾ 9307608785 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੁਰਗੇ ਤੇ ਮੁਰਗੀਆਂ ਨੂੰ ਖਰੀਦ ਸਕਦੇ ਹੋ ਸਵਿਫਟ ਗੱਡੀ ਵਿਕਾਊ ਹੈ 2014 ਮਾਡਲ ਗੱਡੀ ਹੈ ਏਰੀਆ ਪਿੰਡ ਚੱਕ ਹੀਰਾ ਸਿੰਘ ਵਾਲਾ ਸੰਗਰੀਆ ਰਾਜਸਥਾਨ ਅਸੀਆ ਚੱਲੀ ਹੈ ਜੀ 390000 ਰੁਪਏ ਡਿਮਾਂਡ ਹੈ 94611652417 ਇਸ ਨੰਬਰ ਤੇ ਫੋਨ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਜੀਪ ਵਿਕਾਊ ਹੈ ਜੀ ਐਵੇਂ ਕੰਡੀਸ਼ਨ ਮਾਡਲ 1997 ਏਰੀਆ ਚੌਕ ਕੇ ਰਾਮਪੁਰਾ ਰੇਟ 140000 ਨਵੀਂ ਬੈਟਰੀ ਨਵੇਂ ਟਾਇਰ 9996860226 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੀਪ ਇਹ ਜੜੀ ਖਰੀਦ ਸਕਦੇ ਹੋ ਅਰਜੈਂਟ ਸੇਲ ਕਰਨੀ ਹੈ ਜੀ ਟਰਾਲੀ 11/6 ਦੀ ਬਿਡ ਨਾਲ 2014 ਮਾਡਲ ਏਰੀਆ ਜੀ ਪਿੰਡ ਸਲਾਵਤਪੁਰਾ ਵਠਿੰਡਾ ਰੇਟ ਹੈ 75000 ਰੁਪਏ ਡਿਮਾਂਡ 76964 84161 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11/6 ਦੀ ਟਰਾਲੀ ਨੂੰ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ 9879883440 ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਜੀ ਕਿਸੇ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ